ਚੀਫ ਮਿਨਿਸਟਰ ਜਿਹੜਾ ਲੀਡਰ ਭਗਵੰਤ ਮਾਨ ਵਰਗਾ ਸ਼ਰਾਬ ਪੀ ਕੇ ਗੁਰੂ ਘਰ ਜਾ ਸਕਦਾ ਹੈ, ਉਹਨੂੰ ਕੀ ਮਰਿਆਦਾ ਦਾ ਪਤਾ ਇੱਥੋਂ ਦਾ? ਭਗਵੰਤ ਮਾਨ ਨੂੰ ਸ਼ਰਮ ਆਉਣੀ ਚਾਹੀਦੀ ਹੈ। ਭਗਵੰਤ ਮਾਨ ਨਾਸਤਿਕ ਬੰਦਾ ਹੈ, ਘਟੀਆ ਬਿਆਨ ਨਹੀਂ ਦੇਣੀ ਚਾਹੀਦੀ। ਅੱਜ ਅਸੀਂ ਸਾਰਾ ਪਰਿਵਾਰ ਅਸੀਂ ਦਰਬਾਰ ਸਾਹਿਬ ਆਏ ਹਾਂ। ਬੜੇ ਸਾਲਾਂ ਤੋਂ ਅਸੀਂ ਇੱਥੇ ਜਿਹੜੇ ਰਿਕੁਐਸਟ ਕੀਤੀ ਸੀਗੀ ਹਲਕੀ ਪੌੜੀ 'ਚ ਅਸੀਂ ਅਖੰਡ ਪਾਠ ਸਾਹਿਬ ਰੱਖਣੇ, ਅਤੇ ਅੱਜ ਇੰਨੇ ਸਾਲਾਂ ਬਾਅਦ ਸਾਡਾ ਨੰਬਰ ਆਇਆ। ਸੋ 2 ਦਿਨ ਇੱਥੇ ਸੇਵਾ ਕਰਾਂਗੇ, ਅਤੇ ਇੱਥੇ ਪੂਰਾ ਪਰਿਵਾਰ ਹੀ ਇੱਥੇ ਸੇਵਾ ਕਰੂਗਾ, ਅਤੇ ਅਖੰਡ ਪਾਠ ਭੋਗ ਪਾ ਕੇ ਫਿਰ ਆਪਾਂ ਜਾਵਾਂਗੇ। ਮੁੱਦਾ ਹੀ ਨਹੀਂ ਹੈ ਇਸ ਵਾਇਲ, ਕੋਈ ਮੁੱਦਾ ਨਹੀਂ ਹੈ, ਕਿਉਂਕਿ ਨਾ ਪਾਣੀ ਹੈ, ਨਾ ਇਸ ਵਾਇਲ ਹੈ, ਨਾ ਜ਼ਮੀਨ ਹੈ। ਵਾਰ ਵਾਰ ਮੀਟਿੰਗ ਕਰਨੀ ਮੈਨੂੰ ਲੱਗਦਾ ਬਹੁਤ ਗਲਤ ਕੰਮ ਹੈ। ਸੋ ਇਸ ਕਰਕੇ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਲਿਖ ਕੇ ਕਹਿ ਦੇਣਾ ਚਾਹੀਦਾ, ਜਿਹੜੀ ਚੀਜ਼ ਸਾਡੇ ਕੋਲ ਹੈ ਹੀ ਨਹੀਂ ਦੇਣ ਨੂੰ, ਉਹਦੇ ਵਾਸਤੇ ਮੀਟਿੰਗ ਕਿਉਂ ਕਰੀ ਅਸੀਂ? ਭਗਵੰਤ ਮਾਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਕੌਮ ਦੀ ਆ ਪਾਰਲੀਮੈਂਟ ਹੈ, ਕਿਉਂਕਿ ਭਗਵੰਤ ਮਾਨ ਨਾਸਤਿਕ ਬੰਦਾ ਹੈ, ਰੱਬ ਨੂੰ ਮੰਨਣ ਵਾਲਾ ਹੀ ਨਹੀਂ ਮੰਨਦਾ। ਜਿਹੜਾ ਚੀਫ ਮਿਨਿਸਟਰ ਜਿਹੜਾ ਲੀਡਰ ਭਗਵੰਤ ਮਾਨ ਵਰਗਾ ਸ਼ਰਾਬ ਪੀ ਕੇ ਗੁਰੂ ਘਰ ਜਾ ਸਕਦਾ ਹੈ, ਉਹਨੂੰ ਕੀ ਮਰਿਆਦਾ ਦਾ ਪਤਾ ਇੱਥੋਂ ਦਾ? ਤੋ ਇਸ ਕਰਕੇ ਘਟੀਆ ਬਿਆਨ ਨਹੀਂ ਦੇਣੀ ਚਾਹੀਦੀ।